ਹਾਂਜੀ ਦੋਸਤੋ, ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਕਿਵੇਂ ਹੋ ਸਾਰੇ? ਉਮੀਦ ਕਰਦੇ ਹਾਂ ਵਧੀਆ ਹੋਵੋਗੇ। ਹਾਂਜੀ, ਅਲੱਗ ਅਲੱਗ ਪੋਸਟਾਂ ਲੈ ਕੇ ਆਇਆ ਜੀ ਤੁਹਾਡੇ ਵਾਸਤੇ, ਡਿਫਰੈਂਟ ਡਿਫਰੈਂਟ ਸੈਂਟਰ ਦੀ ਵੀ ਅਤੇ ਆਪਣੀ ਪੰਜਾਬ ਦੀ ਵੀ। ਹੁਣ ਇਹ ਹੈ ਜੀ ਆਪਣੀ ਪਹਿਲੀ ਪੋਸਟ, ਇਹ ਹੈਗੀ ਜੀ ਨਾਈਪਰ ਵੱਲੋਂ, ਨੈਸ਼ਨਲ ਇੰਸਟੀਟਿਊਟ ਆਫ ਫਾਰਮਾਸਿਊਟੀਕਲ ਐਜੂਕੇਸ਼ਨ ਐਂਡ ਰਿਸਰਚ। ਇਹਨਾਂ ਨੇ ਕੱਢਿਆ ਜੀ ਟੀਚਿੰਗ ਲਈ, ਇਹਦਾ ਡਿਪਾਰਟਮੈਂਟ ਰਹੇਗਾ ਜੀ ਮੋਹਾਲੀ। ਗਰੁੱਪ ਏ ਦੀ ਫੈਕਲਟੀ ਲਈ ਇਹਨਾਂ ਨੇ ਰਿਕੁਆਇਰਮੈਂਟ ਮੰਗੀ ਹੈ, ਪ੍ਰੋਫੈਸਰ, ਐਸੋਸੀਏਟ ਪ੍ਰੋਫੈਸਰ ਅਤੇ ਅਸਿਸਟੈਂਟ ਪ੍ਰੋਫੈਸਰ। ਇਹਨਾਂ ਦੀ ਜਿਹੜੀ ਟੋਟਲ ਪੋਸਟਾਂ ਰਹੇਗੀਆਂ ਜੀ, ਪ੍ਰੋਫੈਸਰ ਦੀਆਂ 13, ਐਸੋਸੀਏਟ ਪ੍ਰੋਫੈਸਰ ਦੀਆਂ 12 ਅਤੇ ਅਸਿਸਟੈਂਟ ਪ੍ਰੋਫੈਸਰ ਦੀਆਂ 7। ਇਹਨਾਂ ਦੀ ਵੈਬਸਾਈਟ 'ਤੇ ਜਾ ਕੇ ਤੁਸੀਂ ਆਪਣੀ ਪੂਰੀ ਐਲੀਜੀਬਿਲਟੀ ਚੈੱਕ ਕਰ ਸਕਦੇ ਹੋ। ਇਹਦੀ ਲਾਸਟ ਡੇਟ ਹੈ ਜੀ ਫੋਰਮ ਫਿਲ ਕਰਨ ਦੀ 6/5। ਵਿਦਇਨ 30 ਡੇਜ਼ ਤੁਸੀਂ ਇਸ ਫੋਰਮ ਨੂੰ ਆਪਣਾ ਸਬਮਿਟ ਕਰਨਾ ਫਰੋਮ ਦ ਡੇਟ ਆਫ ਦ ਪਬਲੀਕੇਸ਼ਨ। ਹੁਣ ਆਪਾਂ ਚੱਲਦੇ ਹਾਂ ਜੀ ਆਪਣੀ ਦੂਜੀ ਪੋਸਟ ਵੱਲ। ਇਹ ਨਿਕਲੀ ਹੈ ਜੀ ਆਪਣੀ ਰੂਪਨਗਰ ਕੋਰਟ ਦੇ ਵਿੱਚ, ਸੈਸ਼ਨ ਜੱਜ ਦੇ ਕੋਲ। ਇਹ ਹੈਗੀ ਜੀ ਰੈਗੂਲਰ ਬੇਸ 'ਤੇ, ਇਹ ਧਿਆਨ ਰੱਖਿਓ ਰੈਗੂਲਰ ਬੇਸ 'ਤੇ, ਕੰਟਰੈਕਟ 'ਤੇ ਨਹੀਂ ਹੈ, ਕਿਉਂਕਿ ਜਿਹੜੀ ਵੈਸੇ ਮੋਸਟਲੀ ਆਪਣੀ ਪੋਸਟਾਂ ਹੁੰਦੀਆਂ ਕੋਰਟ ਦੀਆਂ ਉਹ ਕੰਟਰੈਕਟ ਬੇਸਿਸ 'ਤੇ ਨਿਕਲਦੀਆਂ। ਇਹਦੀ ਲਾਸਟ ਡੇਟ ਹੈਗੀ ਜੀ 22/4, 5 ਵਜੇ ਤੱਕ ਤੁਹਾਡਾ ਇੱਥੇ ਫੋਰਮ ਫੜਿਆ ਜਾਏਗਾ। ਤੁਹਾਨੂੰ ਔਨਲਾਈਨ ਵੀ ਮਿਲ ਜਾਏਗਾ ਪਰਫੋਰਮਾਂ, ਅਤੇ ਤੁਸੀਂ ਇਹਨਾਂ ਕੋਲ ਜਾ ਕੇ ਬਾਏ ਹੈਂਡ ਵੀ ਲੈ ਸਕਦੇ ਹੋ। ਇਹਨਾਂ ਨੇ ਕੱਢੀ ਹੈ ਜੀ ਇੱਕ ਆਪਣਾ ਕੱਢੀ ਹੈ ਪ੍ਰੋਸੈਸ ਸਰਵਰ ਦੀ, ਅਤੇ ਦੂਜੀ ਕੱਢੀ ਹੈ ਜੀ PN ਦੀ। ਪ੍ਰੋਸੈਸ ਸਰਵਰ ਦੀ ਹੈਗੀ ਜੀ 3 ਪੋਸਟਾਂ, ਜਿਹਦੇ ਵਿੱਚ ਇਹਨਾਂ ਨੇ ਵੰਡ ਕੀਤੀ ਹੈ 1 ਜਰਨਲ ਦੀ, 1 SC ਦੀ, 1 ਹੈਂਡੀਕੈਪ ਦੀ, ਠੀਕ ਹੈ ਜੀ। ਅਤੇ ਇਹਦੀ ਹੱਦ ਉਮਰ ਹੈਗੀ ਹੈ ਜਿਹੜੇ ਅਪਲਾਈ ਕਰ ਸਕਦੇ ਹੈ ਬੰਦੇ, ਉਹ ਹੈਗੀ ਜੀ 35। ਪੰਜਾਬੀ ਲਾਜ਼ਮੀ ਮੰਗੀ ਹੈ ਜੀ ਇਹਨਾਂ ਨੇ। ਦੂਜੀ ਆਪਣੀ ਪੋਸਟ ਹੈ ਜੀ ਇਹਦੇ ਵਿੱਚ PN ਦੀ, ਇਹਨਾਂ ਨੇ 1 ਪੋਸਟ ਕੱਢੀ ਹੈ ਉਹ ਵੀ ਜਰਨਲ ਦੀ, ਇਹਦੇ ਵਿੱਚ ਆਪਣੀ ਪੰਜਾਬੀ ਲਾਜ਼ਮੀ ਹੈ। ਇਹਦੇ ਵਿੱਚ ਤੁਸੀਂ ਆਪਣੇ ਸਾਰੇ ਡਾਕੂਮੈਂਟਸ ਲੈ ਕੇ ਜਾਣੇ, ਜਿੱਦਾਂ ਕਿ ਤੁਸੀਂ ਦੇਖ ਸਕਦੇ ਹੋ ਉਹਨਾਂ ਨੇ ਲਿਖਿਆ 2 ਫੋਟੋਗ੍ਰਾਫ ਚਾਹੀਦੇ ਆ ਤੁਹਾਡੇ ਪਾਸਪੋਰਟ ਸਾਈਜ਼, ਓਨਲੀ ਡਿਊਲੀ ਪੇਸਟਿਡ ਐਂਡ 1 ਸਟੈਪਲ, 1 ਤੁਸੀਂ ਗੋਂਦ ਨਾਲ ਉੱਥੇ ਚਿਪਕਾਉਣੀ ਹੈ ਅਤੇ 1 ਸਿਰਫ ਨਾਲ ਸਟੈਪਲ ਕਰਕੇ ਦੇਣੀ ਹੈ, ਠੀਕ ਹੈ। ਤੁਹਾਨੂੰ ਪ੍ਰੋਪਰ ਪਰਫੋਰਮਾ ਮਿਲ ਜਾਏਗਾ, ਉਹ ਕੱਢ ਕੇ ਉਹਦੇ ਉੱਤੇ ਫੋਰਮ ਦੇ ਉੱਤੇ ਆਪਣੇ ਜਿਹੜੇ ਡਾਕੂਮੈਂਟਸ ਹੈ ਨਾਲ ਲਗਾ ਕੇ ਇਸ ਫੋਰਮ ਨੂੰ ਜਿੰਨੀ ਜਲਦੀ ਹੋ ਸਕੇ ਆਪਣਾ ਸਬਮਿਟ ਕਰ ਸਕਦੇ ਹੋ। ਹੁਣ ਚੱਲਦੇ ਹਾਂ ਆਪਣੀ ਤੀਜੀ ਪੋਸਟ ਵੱਲ। ਇਹ ਨਿਕਲੀ ਜੀ ਆਪਣੀ ਨੈਸ਼ਨਲ ਹੈਲਥ ਸਿਸਟਮਸ ਰਿਸੋਰਸ ਸੈਂਟਰ, ਠੀਕ ਹੈ ਜੀ। ਹੁਣ ਇਹਦੇ ਵਿੱਚ ਇਹਨਾਂ ਨੇ ਕੰਸਲਟੈਂਟ ਦੀ ਅਲੱਗ ਅਲੱਗ ਕੱਢੀ ਹੈ, ਸੀਨੀਅਰ ਕੰਸਲਟੈਂਟ ਦੀ 1, ਸੀਨੀਅਰ ਕੰਸਲਟੈਂਟ ਇੰਜੈਕਸ਼ਨ ਸੇਫਟੀ ਲਈ 1, ਅਤੇ ਕੰਸਲਟੈਂਟ ਆਪਣਾ ਲੈਬੋਰਟਰੀ ਲਈ 1। ਇਹਨਾਂ ਦੀ ਤੁਸੀਂ ਤਨਖਾਹ ਵੀ ਦੇਖ ਸਕਦੇ ਹੋ, ਕਾਫੀ ਅੱਛੀ ਹੈ। ਜਿਨ੍ਹਾਂ ਦੀ ਇਹ ਸਟ੍ਰੀਮ ਹੈਗੀ ਉਹ ਅਪਲਾਈ ਕਰਨ। ਇਹਦੀ ਲਾਸਟ ਡੇਟ ਹੈਗੀ ਜੀ ਆਪਣੀ 9 ਅਪ੍ਰੈਲ। ਜਿੰਨਾ ਜਲਦੀ ਹੋ ਸਕੇ, ਅਗਰ ਤੁਹਾਡੀ ਐਲੀਜੀਬਿਲਟੀ ਕ੍ਰਾਈਟੀਰੀਆ ਫੋਲ ਕਰਦਾ ਹੈ, ਦੈਨ ਯੂ ਮਸਟ ਹੈਵ ਟੂ ਫਿਲ ਦਿਸ ਫੋਰਮ। ਸੋ ਲੈਟਸ ਮੂਵ ਔਨ ਓਵਰ 4th ਐਡਵਰਟਾਈਜ਼ਮੈਂਟ। ਸੋ ਦਿਸ ਇਜ਼ ਪਰਟੀਕੁਲਰ ਫੋਰ ਦ ਟੀਚਰਸ, ਜਿਨ੍ਹਾਂ ਦਾ ਹੈਗਾ ਜੀ ਆਪਣਾ PGT ਹੈ, ਕੈਮਿਸਟਰੀ, ਅਕਾਊਂਟਸ, ਇਕਨੋਮਿਕਸ ਐਂਡ ਮੈਥਮੈਟਿਕਸ, ਉਹ ਪਰਸਨ ਇਸ ਲਈ ਅਪਲਾਈ ਕਰ ਸਕਦੇ ਹੈ। ਇਹ ਹੈਗਾ ਜੀ ਆਪਣਾ ਬਾਬੂ ਬ੍ਰਿਸ਼ ਭਨ, DAV ਮੂਣਕ, ਠੀਕ ਹੈ ਜੀ। ਮੂਣਕ ਦੇ ਵਿੱਚ ਹੈ, ਸੰਗਰੂਰ ਪੈਂਦਾ ਆਪਣਾ ਮੂਣਕ। ਇਹਨਾਂ ਨੇ DAV ਸਕੂਲ ਵਾਲਿਆਂ ਨੇ ਕੱਢੀ ਹੈ, ਸਪੈਸ਼ਲੀ ਔਨ ਦਾ ਐਡਹੋਕ ਬੇਸਿਸ। ਦੂਜੀ ਪੋਸਟ ਹੈਗੀ ਜੀ ਆਪਣੀ TGT, ਮੈਥਮੈਟਿਕਸ, ਸੋਸ਼ਲ ਸਾਇੰਸ, ਇੰਗਲਿਸ਼। ਤੀਜੀ ਹੈਗੀ ਜੀ ਆਪਣੀ PRT, 2 ਹੈਗੀ ਜੀ ਹਿੰਦੀ ਦੀਆਂ, 1 ਇੰਗਲਿਸ਼ ਦੀ, 1 ਮੈਥਮੈਟਿਕਸ, 1 ਸਾਇੰਸ ਅਤੇ 2 ਸੋਸ਼ਲ ਸਾਇੰਸ। 6 ਹੈਗੀ ਜੀ ਆਪਣੀ ਕਿੰਡਰਗਾਰਡਨ ਦੀ, ਅਤੇ ਜਿਹੜੀ ਇਹਨਾਂ ਨੇ ਨੋਨ ਟੀਚਿੰਗ ਦੀ ਕੱਢੀ ਹੈ ਜੀ, ਉਹਦੇ ਵਿੱਚ ਹੈਗੀ 1 ਸਪੈਸ਼ਲ ਐਜੂਕੇਟਰ ਦੀ, 1 ਕਾਊਂਸਲਰ ਦੀ, 2 ਮਿਊਜ਼ਿਕ ਟੀਚਰਸ ਦੀ, 2 ਆਰਟ ਐਂਡ ਕਰਾਫਟ ਦੀ ਐਂਡ ਡਾਂਸ ਟੀਚਰਸ ਦੀ, 1 ਮੇਲ, 1 ਫੀਮੇਲ ਦੀ, 1 ਲੈਬ ਅਸਿਸਟੈਂਟ ਦੀ, 1 ਆਪਣੇ ਕਲਰਕ ਦੀ। ਫੀਮੇਲ ਪ੍ਰੈਫਰਡ ਹੈ ਵੈਸੇ ਇਹਨਾਂ ਨੂੰ, ਕਲਰਕ ਲਈ ਇਹਨਾਂ ਨੇ ਸਪੈਸ਼ਲੀ ਮੈਂਸ਼ਨ ਕੀਤਾ ਇਹਨਾਂ ਨੂੰ ਫੀਮੇਲ ਪ੍ਰੈਫਰਡ ਹੈ, ਅਤੇ ਸਟਾਫ ਨਰਸ ਦੀ। ਇਹ ਇਹਨਾਂ ਦੀ ਪੋਸਟ ਹੈ ਜੀ। ਤੁਸੀਂ ਇਸ ਇਹਨਾਂ ਦੀ ID 'ਤੇ ਜਾ ਕੇ ਇਹਨਾਂ ਨੂੰ ਰਿਜ਼ਿਊਮ ਆਪਣਾ ਸ਼ੇਅਰ ਕਰ ਸਕਦੇ ਹੋ। ਜ਼ਰੂਰੀ ਨਹੀਂ ਤੁਸੀਂ ਇੱਥੇ ਵਿਜ਼ਿਟ ਕਰੋ, ਯੂ ਕੈਨ ਸਬਮਿਟ ਯੋਰ ਰਿਜ਼ਿਊਮ ਔਨ ਦਿਸ ਮੇਲ ID, ਠੀਕ ਹੈ ਜੀ।
ਪ੍ਰੈਫਰੈਂਸ ਕਿਹਨਾਂ ਨੂੰ ਦਿੱਤੀ ਜਾਏਗੀ? ਅਗਰ ਤੁਹਾਨੂੰ ਨੌਲੇਜ ਹੋਏ ਤਾਂ ਰੀਸੈਂਟਲੀ ਪਿਛਲੇ ਮਹੀਨੇ ਇਹਨਾਂ ਦੇ CBT ਐਗਜ਼ਾਮ ਹੋਏ ਆ, ਜਿਹਦੇ ਵਿੱਚ ਇੱਕ ਇਹਨਾਂ ਨੇ ਨਵਾਂ ਰੂਲ ਕੱਢਿਆ, ਜਿਹੜਾ ਪਰਸਨ CBT ਕੁਆਲੀਫਾਈ ਕਰੇਗਾ ਉਹ 1 ਸਾਲ ਲਈ ਕਿਸੇ ਵੀ DAV ਸਕੂਲ ਵਿੱਚ ਅਪਲਾਈ ਕਰ ਸਕਦਾ ਹੈ। ਠੀਕ ਹੈ ਜੀ, ਕਹਿੰਦੇ ਉਹਨਾਂ ਨੂੰ ਪ੍ਰੈਫਰੈਂਸ ਦਿੱਤੀ ਜਾਏਗੀ 1 ਸਾਲ ਲਈ, ਤੁਸੀਂ ਕਿਸੇ ਵੀ DAV ਸਕੂਲ 'ਚ ਅਪਲਾਈ ਕਰਨ ਲਈ ਐਲੀਜੀਬਲ ਹੋ ਜਾਂਦੇ ਹੋ, ਤਾਂ ਇਹਨਾਂ ਨੇ ਉਸ ਦੀ ਪ੍ਰੈਫਰੈਂਸ ਮੰਗੀ ਹੈ। ਠੀਕ ਹੈ, ਨੈਕਸਟ ਈਅਰ ਫਿਰ ਨਿਕਲੇਗਾ, ਹਰ ਸਾਲ ਨਿਕਲਦਾ ਜੀ। ਇਹਨਾਂ ਨੇ ਕੋਮਨ ਟੈਸਟ ਕੱਢਿਆ ਸੀ। ਠੀਕ ਹੈ, ਜੇ ਤੁਸੀਂ ਇੰਟਰਸਟਿਡ ਹੋ, ਅਗਰ ਤੁਸੀਂ ਜ਼ਿਆਦਾ ਐਕਸਪੀਰੀਅੰਸ ਹੋਲਡ ਕਰਦੇ ਹੋ, ਅੱਛਾ ਹੈ ਸਭ ਕੁਝ ਐਜ਼ ਕੰਪੇਅਰਡ ਟੂ ਕੋਈ CBT ਕੈਂਡੀਡੇਟ, ਦੈਨ ਯੂ ਵਿਲ ਬੀ ਪ੍ਰੈਫਰਡ। ਠੀਕ ਹੈ, ਤੋ ਇੱਦਾਂ ਦੀ ਤੁਹਾਨੂੰ ਪੋਸਟਾਂ ਮਿਲਦੀ ਰਹਿਣਗੀਆਂ, ਚੈਨਲ ਨੂੰ ਸਬਸਕ੍ਰਾਈਬ ਕਰੋ ਤਾਂ ਕਿ ਤੁਹਾਨੂੰ ਇੱਦਾਂ ਦੀਆਂ ਨਵੀਆਂ ਤੋਂ ਨਵੀਆਂ ਪੋਸਟਾਂ ਲੈ ਕੇ ਆਈਏ, ਅਤੇ ਲਾਈਕ ਕਰੋ। ਥੈਂਕ ਯੂ। ਹੋ ਸਕੇ ਤਾਂ ਆਪਣੇ ਜਿਹੜੇ ਤੁਹਾਡੇ ਕੋਈ ਆਪਣੀ ਪੋਸਟ ਹੁੰਦੀ ਹੈ ਨਾ, ਜਿਹੜੀ ਤੁਹਾਡੇ ਨਾਲ ਨਹੀਂ ਮੈਚ ਕਰਦੀ, ਤੁਹਾਡੇ ਕੋਈ ਫਰੈਂਡ ਸਰਕਲ ਹੈ ਉਹਨਾਂ ਨਾਲ ਮੈਚ ਕਰਦੀ ਹੈ, ਤਾਂ ਉਹਨਾਂ ਨੂੰ ਸ਼ੇਅਰ ਕਰ ਦਿਆ ਕਰੋ। ਦੇਖੋ ਆਪਾਂ ਨੂੰ ਪਤਾ ਹੈ ਸਾਡਾ ਕੰਪੀਟੀਸ਼ਨ ਕ੍ਰੀਏਟ ਹੁੰਦਾ, ਅਸੀਂ ਸੇਮ ਪੋਸਟ ਕਿਸੇ ਨੂੰ ਸ਼ੇਅਰ ਨਹੀਂ ਕਰਦੇ, ਹੈ ਨਾ। ਤਾਂ ਇਹ ਚੀਜ਼ ਜ਼ਰੂਰ ਲੈ ਕੇ ਚੱਲੋ ਕਿ ਜੇ ਤੁਹਾਡੇ ਨਾਲ ਕੋਈ ਐਲੀਜੀਬਿਲਟੀ ਨਹੀਂ ਮੈਚ ਕਰਦੀ, ਐਜੂਕੇਸ਼ਨ ਬਿਲਕੁਲ ਮੈਚ ਨਹੀਂ ਕਰਦੀ, ਜੇ ਕੋਈ ਤੁਹਾਡਾ ਜਾਣਕਾਰ ਹੈਗਾ, ਤਾਂ ਕਿਰਪਾ ਕਰਕੇ ਐਟਲੀਸਟ ਉਹਨਾਂ ਨੂੰ ਸ਼ੇਅਰ ਕਰ ਦਿਉ, ਤਾਂ ਕਿ ਕਿਸੇ ਦਾ ਤਾਂ ਭਲਾ ਹੋ ਸਕੇ। ਠੀਕ ਹੈ ਜੀ, ਥੈਂਕ ਯੂ ਸੋ ਮਚ, ਟੇਕ ਕੇਅਰ, ਬਾਏ।